हाँ जी, जिन्हें भी साडे दोस्त साडे YouTube चैनल नाल जुड़े हुए आ सारों ने एक बारी फिर तो प्यार भरी सत श्री अकाल। बाकी अज आपां गल करांगे साइप्रस दे कपल वीजे बारे कि जे तुसीं कपल वीजे ते आउंदे हो तो तुहाडे किन्ने क पैसे लग जांदे आ, किहड़ा तुहानूं कम मिलदा, किन्नी क तुहाडी सैलरी लगदी आ, ते तुहानूं कपल वीजे ते आउणा चाहीदा जां नहीं चाहीदा। अज दी जिहड़ी आपां वीडियो आ पूरी इहदे उत्ते गल्लबात करांगे। उस तों अलावा दोस्तों, जे तुसीं साडे चैनल ते फस्ट टाइम आए हो तां प्लीज़ साडे चैनल नूं सबसक्राइब करो। बाकी साडी जानकारी तुहानूं वधिया लगेगी तां वीडियो नूं अपने यारां दोस्तां दे विच जरूर शेयर करो। तां हुण आपां सब तों पहलां गल कर लैंदे हां पैसों दी कि जे तुसीं कपल वीजे ते आउंदे हो तां तुहाडे किन्ने क पैसे लग जांदे आ। देखो, इहदी गल्लबात इदां आ कि जे तां तुहाडा कोई इत्थे रिश्तेदार कोई भाई भरा हैगा आ, ਉਹ ਤੁਹਾਡੇ ਲਈ ਕੋਈ ਡਾਇਰੈਕਟ ਮਾਲਕ ਟੋਲ ਲੈਂਦਾ ਆ ਜਿਹਨੂੰ ਦੋ ਜਣਿਆਂ ਦੀ ਲੋੜ ਹੋਵੇ ਤਾਂ ਉਹਦੇ ਵਿੱਚ ਪੈਸੇ ਤਾਂ ਬਹੁਤ ਘੱਟ ਲੱਗਦੇ ਆ। ਜੇ ਤੁਹਾਡਾ ਕੋਈ ਰਿਸ਼ਤੇਦਾਰ ਜਾਂ ਫੈਮਿਲੀ ਮੈਂਬਰ ਨਹੀਂ ਹੈਗਾ ਤਾਂ ਤੁਸੀਂ ਕਿਸੇ ਲਾਇਰ ਤੋਂ ਜਾਂ ਕਿਸੇ ਏਜੰਟ ਤੋਂ ਤੁਸੀਂ ਵੀਜ਼ਾ ਲੈਂਦੇ ਹੋ ਤਾਂ ਉਹਦੇ ਵਿੱਚ ਹੁਣ ਦੇ ਟਾਈਮ 8.5 ਲੱਖ ਤੋਂ ਲੈ ਕੇ 10 ਲੱਖ ਦੇ ਵਿੱਚ ਖਰਚਾ ਆ ਜਾਂਦਾ ਆ। ਉਹ ਬਾਕੀ ਤੁਹਾਡੇ ਕੰਮ ਦੇ ਹਿਸਾਬ ਨਾਲ ਆ ਕਿ ਤੁਸੀਂ ਕਿਹੜੇ ਕੰਮ ਦੇ ਵਿੱਚ ਆਪਣੀ ਫਾਈਲ ਲਾਈ ਆ, ਜਿਹੜਾ ਖਰਚਾ ਆ 8.5 ਲੱਖ ਤੋਂ ਲੈ ਕੇ 10 ਲੱਖ ਦੇ ਵਿੱਚ ਆ ਜਾਂਦਾ ਆ। ਹੁਣ ਆਪਾਂ ਗੱਲ ਕਰ ਲੈਂਦੇ ਹਾਂ ਜੇ ਤੁਸੀਂ ਇੱਥੇ ਆਉਂਦੇ ਹੋ ਤਾਂ ਤੁਹਾਨੂੰ ਆ ਕੇ ਕਿਹੜਾ ਕੰਮ ਮਿਲਦਾ। ਦੇਖੋ, ਇਹਦੀ ਗੱਲਬਾਤ ਇਦਾਂ ਕਿ ਜ਼ਿਆਦਾਤਰ ਤਾਂ ਦੋਹਾਂ ਜਣਿਆਂ ਨੂੰ ਜਿਹੜਾ ਵੀਜ਼ਾ ਆ, ਕਪਲ ਦਾ ਵੀਜ਼ਾ ਆ, ਉਹ ਫਾਰਮ 'ਤੇ ਹੀ ਮਿਲਦਾ ਕਿਉਂਕਿ ਫਾਰਮ 'ਤੇ ਮਾਲਕਾਂ ਨੂੰ ਦੋ ਜਣਿਆਂ ਦੀ ਲੋੜ ਹੁੰਦੀ ਆ ਤਾਂ ਉਹ ਕਪਲ ਨੂੰ ਵੀਜ਼ਾ ਦਿੰਦੇ ਆ। ਤਾਂ ਉਹਨਾਂ ਦੀ ਰਹਿਸ਼, ਖਾਣ ਪੀਣ, ਕੰਮ ਸਾਰਾ ਫਾਰਮ 'ਤੇ ਹੁੰਦਾ ਅਤੇ ਉਹਨੇ ਫਾਰਮ 'ਤੇ ਹੀ ਕੰਮ ਕਰਨਾ ਤਾਂ ਰਹਿਸ਼ ਵੀ ਉਹਨਾਂ ਦੀ ਫਾਰਮ 'ਤੇ ਹੀ ਹੁੰਦੀ ਆ। ਇਸ ਤੋਂ ਇਲਾਵਾ ਮਾਲਕ ਕੀ ਕਰਦੇ ਆ ਕਿ ਦੋਹਾਂ ਜਣਿਆਂ ਨੂੰ ਵੀਜ਼ਾ ਦਿੰਦੇ ਆ, ਉਹਦੇ ਵਿੱਚ ਕੁੜੀ ਤੋਂ ਘਰ ਦਾ ਕੰਮ ਕਰਾਉਂਦੇ ਆ, ਮੁੰਡੇ ਤੋਂ ਫਾਰਮ ਦਾ ਕੰਮ ਕਰਾਉਂਦੇ ਆ। ਕਈ ਮਾਲਕ ਇਦਾਂ ਕਰਦੇ ਆ ਵੀ ਜਦੋਂ ਉਹ ਕਪਲ ਨੂੰ ਵੀਜ਼ਾ ਦਿੰਦੇ ਆ, ਕੁੜੀ ਤੋਂ ਉਹਨੇ ਆਪਣੇ ਘਰ ਦਾ ਕੰਮ ਕਰਾਉਣਾ, ਮੁੰਡੇ ਤੋਂ ਉਹਨੇ ਫਾਰਮ ਦਾ ਕੰਮ ਕਰਾਉਣਾ, ਚਾਹੇ ਉਹ ਫਾਰਮ ਆ ਚਾਹੇ ਖੇਤਾਂ ਦਾ ਆ, ਜੋ ਵੀ ਆ ਉਹਨੇ ਯਾਨੀ ਕਿ ਮੁੰਡੇ ਤੋਂ ਉਹ ਕੰਮ ਕਰਾਉਣਾ ਆ। ਇਹਦੇ ਵਿੱਚ ਕੀ ਕਰਦੇ ਆ, ਉਹ ਰਹਿਸ਼ ਦੋਹਾਂ ਦੀ ਇਕੱਠਿਆਂ ਦੀ ਕਰ ਦਿੰਦੇ ਆ। ਜੇ ਤਾਂ ਖੇਤਾਂ ਦੇ ਵਿੱਚ ਕੰਮ ਆ ਤਾਂ ਰਹਿਸ਼ ਉਹ ਆਪਣੇ ਘਰ ਸੀਪਰੇਟ ਦੋਹਾਂ ਦੀ ਉਹ ਇਕੱਠਿਆਂ ਦੀ ਕਰ ਦਿੰਦੇ ਆ, ਜੇ ਫਾਰਮ 'ਤੇ ਕੰਮ ਆ ਤਾਂ ਦੋਹਾਂ ਦੀ ਰਹਿਸ਼ ਫਾਰਮ 'ਤੇ ਕਰ ਦਿੰਦੇ ਆ। ਇਸ ਤੋਂ ਇਲਾਵਾ ਦੋਸਤੋ, ਦੇਖੋ ਰੈਸਟੋਰੈਂਟਾਂ ਦੇ ਵੀ ਕੰਮ ਹੈਗੇ ਆ ਕਪਲ ਲਈ, ਪਰ ਉਹਦੇ ਵਿੱਚ ਪੈਸੇ ਬਹੁਤ ਜ਼ਿਆਦਾ ਲੱਗ ਜਾਂਦੇ ਆ, ਪਰ ਉਹ ਜਿਹੜਾ ਰੈਸਟੋਰੈਂਟ 'ਤੇ ਆ ਕਪਲ ਦਾ ਵੀਜ਼ਾ ਬਹੁਤ ਘੱਟ ਨਿਕਲਦਾ। ਜੇ ਫਾਰਮ 'ਤੇ 100 ਤੁਸੀਂ ਫਾਈਲਾਂ ਲਾਉਂਦੇ ਹੋ ਤਾਂ ਰੈਸਟੋਰੈਂਟ 'ਤੇ 10 ਫਾਈਲਾਂ ਹੀ ਲੱਗਦੀਆਂ ਆ, ਅਤੇ ਇਸ ਕਰਕੇ ਫਾਰਮਾਂ 'ਤੇ ਕਪਲ ਜ਼ਿਆਦਾ ਆਉਂਦੇ ਆ। ਹੁਣ ਆਪਾਂ ਗੱਲ ਕਰ ਲੈਂਦੇ ਹਾਂ ਸੈਲਰੀ ਦੀ। ਦੇਖੋ ਦੋਸਤੋ, ਜੇ ਤਾਂ ਤੁਸੀਂ ਦੋਨੇ ਜਾਣੇ ਫਾਰਮ 'ਤੇ ਕੰਮ ਕਰਦੇ ਹੋ ਤਾਂ ਤੁਹਾਡੀ ਦੋਹਾਂ ਦੀ ਫਾਰਮ ਦੀ ਸੈਲਰੀ ਲੱਗਦੀ ਆ। ਉਹ ਮਾਲਕ ਤੁਹਾਨੂੰ ਚਾਹੇ 600 ਦੇਵੇ ਚਾਹੇ 550 ਦੇਵੇ ਤਾਂ ਉਹਦੇ ਵਿੱਚ ਤੁਹਾਡੀ ਦੋਹਾਂ ਦੀ ਫਾਰਮ ਦੀ ਸੈਲਰੀ ਲੱਗਣੀ ਆ। ਉਹਦੇ ਵਿੱਚ ਖਾਣ ਪੀਣ ਤੁਹਾਨੂੰ ਕਈ ਫਾਰਮਾਂ 'ਤੇ ਆਪਣਾ ਕਰਨਾ ਪੈਂਦਾ, ਕਈ ਫਾਰਮਾਂ 'ਤੇ ਮਾਲਕ ਦੇ ਦਿੰਦੇ ਆ। ਜੇ ਕੁੜੀ ਘਰ ਦਾ ਕੰਮ ਕਰਦੀ ਆ, ਉਹ ਘਰ ਦੇ ਕੰਮ ਦੇ ਪੈਸੇ ਦਿੰਦੇ ਆ। ਜੇ ਕੁੜੀ ਨਾਲ ਉਹ 350 ਮੁਕਾਉਂਦੇ ਜਾਂ 400 ਮੁਕਾਉਂਦੇ ਆ ਤਾਂ ਕੁੜੀ ਨੂੰ ਉਨੇ ਪੈਸੇ ਦੇਣਗੇ, ਮੁੰਡੇ ਨੂੰ ਉਹ ਫਾਰਮ ਦੇ ਪੈਸੇ ਦੇਣਗੇ, ਉਹ ਤੁਹਾਡੇ ਨਾਲ 600 ਮੁਕਾਉਂਦੇ ਆ ਜਾਂ 550 ਮੁਕਾਉਂਦੇ ਆ। ਇਹ ਤਾਂ ਹੋ ਗਈ ਦੋਸਤੋ ਸੈਲਰੀ ਦੀ ਗੱਲ। ਹੁਣ ਆਪਾਂ ਗੱਲ ਕਰਾਂਗੇ ਕਿ ਤੁਹਾਨੂੰ ਕਪਲ ਵੀਜ਼ੇ 'ਤੇ ਆਉਣਾ ਚਾਹੀਦਾ ਜਾਂ ਨਹੀਂ ਚਾਹੀਦਾ, ਜਿਹੜੀ ਮੇਨ ਗੱਲ ਕਰਕੇ ਆਪਾਂ ਇਹ ਵੀਡੀਓ ਕਰ ਰਹੇ ਹਾਂ। ਦੇਖੋ, ਇਹਦਾ ਕਾਰਨ ਇਦਾਂ ਆ ਕਿ ਜੇ ਤਾਂ ਤੁਸੀਂ ਕਪਲ ਵੀਜ਼ੇ 'ਤੇ ਸਾਈਪ੍ਰੈਸ ਆ ਗਏ, ਆਉਣ ਤੋਂ ਬਾਅਦ ਬਾਈ ਚਾਂਸ ਤੁਹਾਨੂੰ ਕੋਈ ਮਾਲਕ ਨਹੀਂ ਵਧੀਆ ਮਿਲਦਾ ਜਾਂ ਤੁਹਾਨੂੰ ਕੰਮ ਨਹੀਂ ਸਹੀ ਲੱਗਦਾ, ਤੁਸੀਂ ਰਿਲੀਜ਼ ਲੈ ਲੈਂਦੇ ਹੋ। ਰਿਲੀਜ਼ ਲੈਣ ਤੋਂ ਬਾਅਦ ਫਿਰ ਤੁਹਾਨੂੰ ਬਹੁਤ ਜ਼ਿਆਦਾ ਮੁਸ਼ਕਲਾਂ ਆ ਜਾਂਦੀਆਂ। ਉਹਦਾ ਕਾਰਨ ਕੀ ਆ, ਨਾ ਤਾਂ ਤੁਹਾਨੂੰ ਜਲਦੀ ਕੰਮ ਮਿਲਣਾ, ਨਾ ਤੁਹਾਡੇ ਕੋਲ ਕਿਤੇ ਰਹਿਣ ਸਹਿਣ ਨੂੰ ਹੋਣਾ, ਨਾ ਤੁਹਾਡੇ ਕੋਲ ਖਾਣ ਪੀਣ ਨੂੰ ਕੋਈ ਪੈਸਾ ਹੋਣਾ। ਜੇ ਤੁਹਾਡਾ ਕੋਈ ਭਾਈ ਭਰਾ ਰਿਸ਼ਤੇਦਾਰ ਇੱਥੇ ਹੈਗਾ ਆ, ਤੁਹਾਨੂੰ 2-4 ਦਿਨ ਰੱਖ ਲਊਗਾ, ਵੱਧ ਉਹ ਵੀ ਨਹੀਂ ਰੱਖ ਸਕਦਾ, ਤੁਹਾਨੂੰ ਪੈਸੇ ਦੇ ਦੇਊਗਾ ਖਾਣ ਪੀਣ ਲਈ। ਪਰ ਜਦੋਂ ਕੰਮ ਨਹੀਂ ਤੁਹਾਨੂੰ ਮਿਲਣਾ, ਤੁਹਾਨੂੰ ਰਹਿਸ਼ ਨਹੀਂ ਮਿਲਣੀ ਕਿਤੇ, ਜੇ ਇਕੱਲਾ ਕੋਈ ਮੁੰਡਾ ਹੋਵੇ ਉਹ ਤਾਂ ਚਲੋ ਕਿਸੇ ਕੋਲ ਫਾਰਮ 'ਤੇ ਵੀ ਰਹਿ ਲਓ, ਕਿਸੇ ਯਾਰ ਦੋਸਤ ਕੋਲ ਰਹਿ ਲਓ ਜਾਂ ਕਿਸੇ ਪਾਰਕ 'ਚ 2-4 ਦਿਨ ਕੱਢ ਲਊਗਾ। ਪਰ ਜਦੋਂ ਲੇਡੀਜ਼ ਨਾਲ ਹੁੰਦੀ ਆ, ਵਾਈਫ ਨਾਲ ਹੁੰਦੀ ਆ, ਤਾਂ ਨਾ ਤਾਂ ਆਪਾਂ ਕਿਸੇ ਕੋਲ ਫਾਰਮ 'ਤੇ ਜਾ ਸਕਦੇ ਹਾਂ, ਨਾ ਕਿਸੇ ਪਾਰਕ ਦੇ ਵਿੱਚ ਰਹਿ ਸਕਦੇ ਹਾਂ। ਇਸ ਕਰਕੇ ਦੋਸਤੋ, ਜਦੋਂ ਤੁਸੀਂ ਇੱਕ ਵਾਰੀ ਰਿਲੀਜ਼ ਲੈ ਲਈ, ਉਸ ਤੋਂ ਬਾਅਦ ਬਹੁਤ ਜ਼ਿਆਦਾ ਪ੍ਰੋਬਲਮਾਂ ਆ ਜਾਂਦੀਆਂ ਆ। ਨਾ ਤਾਂ ਕੰਮ ਜਲਦੀ ਮਿਲਦਾ, ਨਾ ਕਿਤੇ ਕੋਈ ਰਿਹਾਇਸ਼ ਮਿਲਦੀ। ਜੇ ਕੋਈ ਕੰਮ ਮਿਲਦਾ ਵੀ ਆ ਤਾਂ ਦੋਹਾਂ ਜਣਿਆਂ ਨੂੰ ਇਕੱਠਿਆਂ ਨੂੰ ਨਹੀਂ ਮਿਲਦਾ, ਇਕੱਲੇ ਇਕੱਲੇ ਨੂੰ ਮਿਲ ਜਾਂਦਾ, ਉਸ ਤੋਂ ਬਾਅਦ ਵੀਜ਼ੇ ਦੀ ਪ੍ਰੋਬਲਮ ਆ ਜਾਂਦੀ ਆ। ਇਸ ਕਰਕੇ ਜੇ ਤੁਸੀਂ ਇਕੱਲੇ ਆਉਂਦੇ ਹੋ, ਪਹਿਲਾਂ ਮੁੰਡਾ ਇਕੱਲਾ ਆਉਂਦਾ ਆ, ਪੈਸੇ ਦੇਖੋ ਉਨੇ ਕੇ ਹੀ ਲੱਗਣੇ ਆ। ਜੇ ਤੁਸੀਂ ਦੋਨੇ ਜਣੇ ਆਉਂਦੇ ਹੋ ਤਾਂ ਵੀ ਤੁਹਾਡਾ 8 ਤੋਂ 10 ਲੱਖ ਦੇ ਵਿੱਚ ਲੱਗ ਜਾਣਾ, ਅਤੇ ਜੇ ਤੁਸੀਂ ਦੋਨੇ ਜਣੇ ਆਉਂਦੇ ਹੋ ਫਿਰ ਵੀ ਤੁਹਾਡਾ 8.5 ਲੱਖ ਤੋਂ ਲੈ ਕੇ
10 ਲੱਖ ਦੇ ਵਿੱਚ ਦੋਨਾਂ ਦਾ ਲੱਗ ਜਾਣਾ। ਪਰ ਇਹਦੇ ਵਿੱਚ ਫਾਇਦਾ ਇਹ ਹੈ ਜੇ ਤੁਸੀਂ ਪਹਿਲਾਂ ਇਕੱਲੇ ਆਉਂਦੇ ਹੋ ਤੁਸੀਂ ਇੱਥੇ ਆ ਕੇ ਆਪਣੀ ਸੈਟਿੰਗ ਕਰ ਸਕਦੇ ਆ, ਸਾਲ ਡੇਢ ਸਾਲ 2 ਸਾਲ ਤੁਸੀਂ ਲਾ ਕੇ ਜਦੋਂ ਤੁਹਾਡੀ ਸੈਟਿੰਗ ਹੋ ਗਈ ਉਸ ਤੋਂ ਬਾਅਦ ਤੁਸੀਂ ਆਪਣੀ ਵਾਈਫ ਨੂੰ ਮੰਗਾ ਸਕਦੇ ਆ। ਕਈ ਵੇਲੇ ਇਦਾਂ ਵੀ ਹੋ ਜਾਂਦਾ ਵੀ ਜਦੋਂ ਤੁਸੀਂ ਫਾਰਮ ਤੇ ਆਉਂਦੇ ਹੋ ਜਾਂ ਕਿਸੇ ਮਾਲਕ ਕੋਲ ਆਉਂਦੇ ਹੋ ਕੰਮ ਕਰਨ, ਉਹ ਕਿਸੇ ਵੀ ਕੰਮ ਤੇ, ਕਈ ਵੇਲੇ ਉਹ ਮਾਲਕਾਂ ਨੂੰ 2-4 ਮਹੀਨੇ ਬਾਅਦ ਜਾਂ 6 ਮਹੀਨੇ ਬਾਅਦ ਕਿਸੇ ਕੁੜੀ ਦੀ ਲੋੜ ਪੈ ਜਾਵੇ ਤਾਂ ਤੁਸੀਂ ਉਹ ਮਾਲਕਾਂ ਕੋਲੋਂ ਆਪਣੀ ਵਾਈਫ ਲਈ ਵੀ ਵੀਜ਼ਾ ਲੈ ਸਕਦੇ ਆ। ਉਹਦੇ ਵਿੱਚ ਬਹੁਤ ਫਿਰ ਘੱਟ ਪੈਸੇ ਲੱਗਦੇ ਆ, ਉਹ ਤਾਂ ਤੁਹਾਡੇ ਨਾਂ ਸਮਾਨ ਹੀ ਲੱਗਣੇ ਆ ਕਿਉਂਕਿ ਮਾਲਕ ਸਾਰਾ ਖਰਚਾ ਕਰ ਦਿੰਦੇ ਆ। ਇਸ ਕਰਕੇ ਦੋਸਤੋ ਜੇ ਤੁਸੀਂ ਕਪਲ ਵੀਜ਼ੇ 'ਤੇ ਆਉਣਾ ਤਾਂ ਥੋੜ੍ਹਾ ਜਿਹਾ ਸੋਚ ਕੇ ਆਓ, ਥੋੜ੍ਹਾ ਜਿਹਾ ਕੰਮ ਦੇਖ ਕੇ ਆਓ ਵੀ ਕਿਹੜੇ ਕੰਮ 'ਚ ਆ ਰਹੇ ਹੋ। ਤਾਂ ਅੱਜ ਦੀ ਜਿਹੜੀ ਆਪਾਂ ਵੀਡੀਓ ਆ ਇੰਨੀ ਕੁ ਕਰਨੀ ਸੀ, ਕੋਈ ਅਗਲੀ ਜਾਣਕਾਰੀ ਲੈ ਕੇ ਜਲਦੀ ਆਵਾਂਗੇ। ਉਦੋਂ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।